ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂ ਤੁਹਾਡੀ ਕਾਲ ਆਈ ਸੀ। ਹਾਂਜੀ ਬਾਈ ਜੀ, ਹਰਿੰਦਰ ਸਿੰਘ ਮੁੰਡੀ ਕਰ ਰਿਹਾ ਵਾਂ। ਹਾਂਜੀ ਹਾਂਜੀ, ਹਰਪ੍ਰੀਤ ਜੀ, ਹਰਪ੍ਰੀਤ ਜੀ। ਹਾਂਜੀ, ਮੇਰਾ ਨਾਮ ਜੀ ਹਰਿੰਦਰ ਸਿੰਘ ਮੁੰਡੀ ਹੈ ਜੀ, ਮੈਂ ਸ਼ਾਹਪੁਰ ਪਿੰਡ ਤੋਂ ਆਈ ਜੀ ਵੀਰੇ। ਹਾਂਜੀ, ਪਾਇਲ ਕੋਲ ਤੁਸੀਂ ਸੁਣਿਆ ਹੋਣਾ, ਪਿੰਡ ਮੇਰਾ ਪਾਇਲ ਦੇ ਬਿਲਕੁਲ ਦਰਾਹੇ ਦੇ ਕੋਲ। ਗੱਲ ਕਰੋ। ਹਾਂਜੀ ਹਾਂਜੀ, ਗੱਲ ਕੁਛ ਇਸ ਤਰੀਕੇ ਨਾਲ ਆ ਕਿ ਜਿਹੜਾ ਰਣਜੋਧ ਆ, ਰਣਜੋਧ ਨੂੰ ਮੈਂ ਕਾਫੀ ਦੇਰ ਤੋਂ ਜਾਣਦਾ ਆ, ਤੇ ਸਾਡੇ ਸਕੂਲ ਟਾਈਮ ਦਾ ਦੋਸਤ ਆ ਸਾਡਾ ਰਣਜੋਧ, ਦੁਰਾਹੇ ਵਾਲਾ। ਦੁਰਾਹੇ ਵਾਲਾ, ਹਾਂਜੀ ਹਾਂਜੀ, ਜਿਹਨਾਂ ਨੇ ਮੇਰੇ ਖਿਆਲ ਕੱਲ ਇੱਕ ਸਾਡੇ ਨਾਲ ਆਡੀਓ ਕੀਤੀ ਹੈ, ਜਿਹਦੇ ਵਿੱਚ ਉਹ ਭਾਨੇ ਸਿੱਧੂ ਦੇ ਉੱਪਰ ਉਹਨਾਂ ਨੇ ਇਲਜ਼ਾਮ ਲਾਏ ਆ। ਬਿਲਕੁਲ ਜੀ, ਬੜਾ ਬਚਕਾਨਾ ਜਿਹਾ। ਮੈਂ ਤੁਹਾਨੂੰ ਗੱਲ ਦੱਸਾਂ, ਬੜੀ ਬਚਕਾਨੀ ਜੀਆਂ ਗੱਲਾਂ ਜ਼ਰੂਰ ਲੱਗਦੀਆਂ ਹੋਣਗੀਆਂ ਲੋਕਾਂ ਨੂੰ, ਦਰਸ਼ਕਾਂ ਨੂੰ ਸੁਣਨ ਲਈ। ਪਹਿਲੀ ਤਾਂ ਮੈਂ ਸਾਰਿਆਂ ਨੂੰ, ਸਾਰੇ ਜਿੰਨੇ ਦਰਸ਼ਕ ਸੁਣ ਰਹੇ ਨੇ ਨਾ ਮਖੂ ਸਾਹਿਬ ਨੂੰ, ਇਹ ਬਿਲਕੁਲ ਇਹ ਚੀਜ਼ ਸਮਝ ਕੇ ਚੱਲਿਓ ਕਿ ਇਸ ਟਾਈਮ ਤੁਸੀਂ ਕਿੱਥੇ ਹੋ, ਸਾਡੇ ਵਾਲੇ ਹੋ, ਬਾਬੇ ਨਾਨਕ ਦੀ ਬਾਣੀ ਨੂੰ ਲੈ ਕੇ ਚੱਲ ਰਹੇ ਹੋ, ਕੱਚੀ ਬਾਣੀ ਜਿਹਨੂੰ ਕਹਿ ਦਿੰਦੇ ਹੋ ਕਿ ਲੋਕ ਇੱਕ ਦੂਸਰੇ ਉੱਤੇ ਕਿੰਤੂ ਪ੍ਰੰਤੂ ਕਰਦੇ ਨੇ। ਤੇ ਹੁਣ ਆਪਣੀ ਗੱਲ ਆ ਗਈ, ਉਹਨੇ ਕਹਿਤਾ ਵੀ ਯਾਰ ਵੀ ਜਿਹੜਾ ਭਾਨਾ ਸਿੱਧੂ ਆ ਨਾ, ਇਹਨੇ ਕਦੇ ਕਿਸੇ ਦੀ ਕੀਤੀ ਨੀ ਹੈਗੀ, ਇਹ ਤਾਂ ਆਪਣੀ ਫੇਮ ਖੱਟਣ ਲਈ ਆਇਆ ਹੋਇਆ। ਪ੍ਰੋਡਿਊਸਰ DX ਦੇ ਨਾਲ ਆਏ ਸੀਗੇ ਇਕੱਠੇ ਮੁੰਡੇ, ਪਰ ਇਹ ਸ਼ੁਰੂ ਤੋਂ ਕਿਸਾਨੀ ਦੇ ਲਈ ਧਰਨੇ ਧੁਰਨੇ ਲਾਉਂਦਾ ਸੀਗਾ। ਕਿਉਂ? ਕਿਉਂਕਿ ਜਦੋਂ ਕੋਈ ਛੋਟੇ ਮੋਟੇ ਹੁੰਦੇ ਸੀ, 2020 ਦੇ ਵਿੱਚ 2020 ਦੇ ਵਿੱਚ ਹੀ ਕਿਸਾਨੀ ਅੰਦੋਲਨ ਤੋਂ ਪਤਾ ਲੱਗਿਆ ਦੁਨੀਆਂ ਨੂੰ ਕਿ ਧੱਕ ਪਈ ਆ ਕਿਸਾਨਾਂ ਦੀ, ਹਨਾ। ਪਰ ਉਹ ਤੋਂ ਪਹਿਲਾਂ ਵੀ ਤਾਂ ਇਹ ਤਾਂ ਲੋਕ ਵਿਚਾਰੇ ਪਹਿਲਾਂ ਵੀ ਧਰਨੇ ਲਾਉਂਦੇ ਸੀਗੇ, ਇਹ ਤਾਂ 10 ਜਾਣੇ ਜਾਂਦੇ ਹੁੰਦੇ ਸੀ ਵਿਚਾਰੇ, ਧਰਨੇ ਹੋਣੀ ਭਰਨੇ ਹੋਣੀ, ਨਾਲ ਵਿਚਾਰੇ ਦੇ ਬੁੜੇ ਹੁੰਦੇ ਸੀ, ਡਾਂਗਾ ਖਾ ਕੇ ਵੀ ਮੁੜਦੇ ਰਹੇ ਨੇ ਵਿਚਾਰੇ। ਤੇ ਤੁਸੀਂ ਇਹਨਾਂ ਨੂੰ ਕਹਿੰਦੇ ਹੋ ਫੇਮ ਖੱਟ ਰਹੇ ਨੇ, ਹਾਂ ਹੱਕ ਬਣਦਾ ਖੱਟੂ, ਫੇਮ ਕਿਉਂ ਨੀ ਖੱਟੂਗਾ ਬਈ, ਹੱਕ ਬਣਦਾ ਅਗਲੇ ਦਾ। ਵੀ ਤੈਨੂੰ ਕਿਸ ਚੀਜ਼ ਦਾ ਸਾੜਾ, ਮੈਂ ਰਣਜੋਧ ਨੂੰ ਇਹ ਚੀਜ਼ ਕਹਿਣਾ ਚਾਹੁੰਦਾ ਵੀ ਰਣਜੋਧ ਤੈਨੂੰ ਕਿਹੜੀ ਚੀਜ਼ ਦਾ ਸਾੜਾ। ਹਾਂ ਤੈਨੂੰ ਸਿਸਟਮ ਨਾਲ ਪ੍ਰੋਬਲਮ ਆ, ਮੈਂ ਮੰਨਦਾ ਕਿ ਤੈਨੂੰ ਸਿਸਟਮ ਨਾਲ ਪ੍ਰੋਬਲਮ ਆ, ਸਿਸਟਮ 'ਚ ਪ੍ਰੋਬਲਮ ਹੈ ਕਿੱਥੇ ਨੀ। ਸਾਡੇ ਤਾਂ ਸਾਡੇ ਬਚਪਨ ਤੋਂ ਜੋ ਅਸੀਂ ਸ਼ੁਰੂ ਕੀਤਾ ਆ, ਸਾਨੂੰ ਜਵਾਕਾਂ ਨੂੰ ਕਹਿੰਦੇ ਹੁੰਦੇ ਸੀ ਬੜੇ, ਉਹ ਸਾਹਮਣੇ ਕੌਣ ਆ, ਇਹ ਅਕਾਲੀਆਂ ਦਾ, ਉਹ ਕੌਣ ਆ ਕਾਂਗਰਸੀਆਂ ਦਾ, ਇਹਦੇ ਨਾਲ ਗੱਲ ਨੀ ਕਰਨੀ ਹੈਗੀ। ਉਹ ਸਾਡੇ ਸਾਡੇ ਮਨਾਂ ਦੇ ਵਿੱਚ ਤਾਂ ਬਚਪਨ 'ਚ ਜ਼ਹਿਰ ਭਰਤਾ ਨਾ ਲੋਕਾਂ ਨੇ। ਤੇ ਹੁਣ ਜਿਹੜੀ ਜਿਹੜੇ ਪੜਾਅ ਦੇ ਉੱਤੇ ਤੁਸੀਂ ਆ ਗਏ ਹੋ, ਅੱਜ ਪੜਾਅ ਦੇ ਉੱਤੇ ਖੜੇ ਹੋ, ਇਸ ਪੜਾਅ ਦੇ ਉੱਤੇ ਤੁਸੀਂ ਇੱਕ ਦੂਸਰੇ ਦਾ ਹੱਥ ਫੜ ਕੇ ਇੱਕ ਦੂਸਰੇ ਨੂੰ ਅੱਗੇ ਲੈ ਕੇ ਚੱਲੋ, ਨਾ ਕਿ ਤੁਸੀਂ ਇੱਕ ਦੂਜੇ ਨੂੰ ਇਹ ਕਹੋ ਨਹੀਂ ਯਾਰ ਇਹ ਬੰਦਾ ਫੇਮ ਖੱਟਣ ਆਇਆ, ਨਹੀਂ ਯਾਰ ਇਹ ਬੰਦਾ ਫੇਮ ਖੱਟਣ ਆਇਆ। ਦੇਖੋ ਕਿੱਡੀ ਬਚਕਾਨਾ ਜੀ ਗੱਲ ਲੱਗਦੀ ਆ। ਨਹੀਂ, ਇਹ ਦੋ ਚੀਜ਼ਾਂ ਨੇ ਵੀਰ ਜੀ, ਦੇਖੋ। ਹਾਂਜੀ, ਤੁਸੀਂ ਮੈਨੂੰ ਕਿਹਾ ਵੀ ਮੈਂ ਉਸ ਮੁੱਦੇ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਕੱਲ ਮੈਂ ਬਿਜੀ ਸੀ, ਮੈਂ ਤੁਹਾਨੂੰ ਕਹਿਤਾ ਵੀ ਮੈਂ ਤੁਹਾਨੂੰ ਟਾਈਮ ਦੇ ਲਿਆਂਗਾ, ਹੈ ਨਾ। ਬਿਲਕੁਲ ਬਿਲਕੁਲ, ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਹੈ। ਦੇਖੋ ਆਪਾਂ ਦੋਵਾਂ ਦੀ ਜੇ ਗੱਲ ਕਰੀਏ ਜੀ, ਜੀ ਪੇਸ਼ੈਂਸ ਕਿਤੇ ਨਾ ਕਿਤੇ ਤੇ ਭਾਨੇ ਸਿੱਧੂ ਦੇ ਵਿੱਚ ਵੀ ਹੈ ਨਹੀਂ, ਜੇ ਮੰਨ ਲਓ ਇਹ ਬੋਲਿਆ ਸੀ ਤੇ ਉਹਦੇ ਵਿੱਚ ਲੌਜਿਕ ਦਿੱਤਾ ਜਾ ਸਕਦਾ ਸੀ ਵੀ ਆਹ ਵੀਰ ਦੀ ਮੈਂ ਹੁਣ ਇੱਕ ਵੀਡੀਓ ਸੁਣੀ ਹੈ। ਮੈਂ ਇਸ ਵੀਰ ਨੂੰ ਬੇਨਤੀ ਕਰਦਾ ਵੀ ਤੇਰੇ ਮਨ ਦੇ ਵਿੱਚ ਜਿਹੜੇ ਵੀ ਸਾਨੂੰ ਲੈ ਕੇ ਸਵਾਲ ਉੱਠੇ ਨੇ, ਸਵਾਲਾਂ ਦਾ ਉੱਠਣਾ ਸੁਭਾਵਿਕ ਹੈ। ਮੇਰੇ ਵੀਰ ਅਸੀਂ ਫਲਾਣੀ ਥਾਂ ਤੇ ਹੁੰਦੇ ਹਾਂ, ਜੇ ਤੂੰ ਸਾਨੂੰ ਮਿਲਣਾ ਚਾਹੁੰਦਾ ਤੇ ਆਪਾਂ ਉੱਥੇ, ਮੇਰਾ ਵੀਰ ਆ ਜਾ, ਜੇ ਤੇਰੇ ਮਨ ਦਾ ਕੋਈ ਡਾਊਟ ਹੋਇਆ ਤੇ ਆਪਾਂ ਕਲੀਅਰ ਕਰ ਲਈਏ। ਉਹ ਵੀ ਜਿੱਥੇ ਆਇਆ ਮੈਂ ਵੱਢੂ, ਮੈਂ ਫੜ ਲੂ, ਮੈਂ ਪਿੰਡ, ਤੁਹਾਨੂੰ ਲੱਗਦਾ ਵੀ ਇਹ ਸਮਾਜ ਸੇਵੀ ਵਾਲੀਆਂ ਗੱਲਾਂ ਨੇ, ਇਹ ਤੇ ਗੁੰਡੇ ਤੇ ਬਦਮਾਸ਼ਾਂ ਵਾਲੀ ਬੋਲੀ ਹੁੰਦੀ ਹੈ, ਹੈਨਾ। ਹੁਣ ਸਵਾਲ ਹਰਪ੍ਰੀਤ ਸਿੰਘ ਮੱਖੂ ਤੇ ਵੀ ਉੱਠਦੇ ਨੇ, ਲੌਜੀਕਲੀ ਜਵਾਬ ਦਿੰਦੇ ਨੇ, ਦਿੱਤੇ ਜਾਂਦੇ ਆ। ਹੁਣ ਜੇ ਮੈਂ ਕਹਾਂ ਆਜੂ, ਤੈਨੂੰ ਟੱਕਰੂ, ਤੈਨੂੰ ਘਰੋਂ ਚੱਕਰੂ, ਤੈਨੂੰ, ਨਹੀਂ ਇਹ ਚੀਜ਼ਾਂ ਨੀ ਹੁੰਦੀਆਂ। ਇਹ ਚੀਜ਼ਾਂ ਸਾਨੂੰ ਦੱਸਦੀਆਂ ਨੇ ਵੀ ਅਸੀਂ ਲੰਮੀ ਰੇਸ ਦੇ ਘੋੜੇ ਨਹੀਂ ਗਏ, ਸਾਨੂੰ ਫੇਮ ਮਿਲ ਗਈ ਹੈ। ਸੋ ਕਹਿਣ ਤੋਂ ਭਾਵ ਇਹ ਆ, ਕਿਤੇ ਨਾ ਕਿਤੇ ਕੁਛ ਗੱਲਾਂ ਰਣਜੋਧ ਦੁਰਾਹੇ ਦੀਆਂ ਵੀ ਠੀਕ ਨਹੀਂ, ਤੁਹਾਡੀ ਬੱਚੀ ਜੋਬ ਕਰਦੀ ਹੋਵੇ, ਮੇਰਾ ਤੁਹਾਡੇ ਤੇ ਸਵਾਲ ਹੈ, ਕਿਉਂਕਿ ਮੈਨੂੰ ਤੁਹਾਡੀਆਂ ਗੱਲਾਂ ਤੋਂ ਲੱਗਿਆ ਵੀ ਤੁਸੀਂ ਭਾਨੇ ਸਿੱਧੂ ਦੇ ਸਮਰਥਕ ਹੋ। ਨਹੀਂ, ਮੈਂ ਦੋਨਾਂ ਦੇ ਸਮਰਥਕ ਵੀ ਹਾਂ, ਦੋਨਾਂ ਦੇ ਸਮਰਥਕ ਵਾਲਾ ਵੀ ਹਾਂ। ਹੁਣ ਅਗਲੀ ਗੱਲ ਸੁਣੋ, ਹੁਣ ਮੰਨ ਲਓ ਮੇਰਾ ਇੱਕ ਸਵਾਲ ਹੈ ਮਨ ਦੇ ਵਿੱਚ, ਤੁਹਾਡੀ ਬੇਟੀ ਜੋਬ ਕਰਦੀ ਹੋਵੇ ਆਇਲਸ ਸੈਂਟਰ ਦੇ ਉੱਪਰ, ਉਹਦੀ ਹੁਣ ਜੋਬ ਹੈ, ਹੈਨਾ, ਜੋਬ ਕਰ ਰਹੀ ਹੈ, ਹੁਣ ਉੱਥੇ ਉਹ ਫੋਨ ਚੁੱਕਦੀ ਹੈ, ਅੱਗੋਂ ਇਸ ਤਰੀਕੇ ਦੀ ਗੱਲਬਾਤ, ਤੇਰੀ ਮੈਂ ਜ਼ਬਾਨ ਖਿੱਚ ਲੂੰਗਾ
ਜੇ ਤੁਹਾਡੀ ਧੀ ਨੂੰ ਕੋਈ ਸ਼ਬਦ ਵਰਤੇ ਵੀ ਤੇਰੀ ਮੈਂ ਜ਼ਬਾਨ ਖਿੱਚ ਲੂੰਗਾ ਤੇ ਇੱਕ ਅਣਖੀ ਪਿਓ ਕੀ ਕਰ ਸਕਦਾ, ਮੈਨੂੰ ਇਹਨਾਂ ਜਵਾਬ ਦੇ ਦਿਓ ਬਸ। ਮੈਂ ਜਾ ਕੇ ਜੀ ਭਾਨੇ ਨੂੰ ਕੋਡਾ ਕਰ ਲੈਣਾ ਸੀ। ਹਾਂ ਤੇ ਸਾਡੇ ਦਾਦਾ ਜੀ ਕੀ ਕਰਦੇ ਆ, ਅਸੀਂ ਮੈਂ ਐਨਏ ਦਾ ਸਟੂਡੈਂਟ ਆ, ਐਨਏ ਨਾਰਕੋਟਿਕਸ ਅਨੋਨਿਮਸ ਜਿਹੜੇ ਬੜੇ ਬੜੇ ਬੈਲੀਆਂ ਨੂੰ ਸਿੱਧੇ ਕਰਦੇ ਨੇ, ਮੈਂ ਉਹਨਾਂ ਚੋਂ ਆ। ਮੈਂ ਚਿੱਟੇ ਦੀਆਂ ਬੋਰੀਆਂ ਪੀਤੀ ਹੋਈਆਂ, ਸਮੈਕ ਦੀਆਂ ਬੋਰੀਆਂ ਪੀ ਗਿਆ ਮੈਂ ਇੰਗਲੈਂਡ ਦੇ ਵਿੱਚ, 10 ਜ਼ਿਲ੍ਹਾ ਕੱਟ ਗਿਆ ਹੋਇਆ, ਠੀਕ ਆ। ਤੇ ਹੁਣ ਭਾਨੇ ਸਿੱਧੇ ਨੂੰ ਉਹ ਜਿਹਨੂੰ ਅਸੀਂ ਫਿਰ ਕਾਂਧਰੇ ਨਾਲ ਬਿਠਾ ਕੇ ਨਾ ਚੱਪ ਮਰਾ ਕੇ ਕਾਂਧਰੇ ਨਾਕੋ ਦਾ ਕੰਧ ਨਾਲ ਲਾ ਦਿੰਦੇ ਆ ਤੇ ਪਿੱਛੇ ਖੜ ਜਾਈਦਾ। ਉਹਨੂੰ ਕਹੀਦਾ ਭਾਈ ਆਪਣੀ ਰੀੜ ਦੀ ਹੱਡੀ ਸਿੱਧੀ ਰੱਖਣੀ ਆ, ਜੇ ਤੁਸੀਂ ਰੀੜ ਦੀ ਹੱਡੀ ਮਾੜੀ ਜਿਹੀ ਬਿੰਗੀ ਕੀਤੀ ਪਿੱਛੋਂ ਗੋਡਾ ਪੈਂਦਾ ਜੀ ਪਿੱਛੋਂ। ਇਹ ਮੈਂ ਤੁਹਾਨੂੰ ਗੱਲ ਦੱਸਦਾ ਪਤਾ ਕੀ ਗੱਲ ਆ, ਉਹ ਮੰਨਦੇ ਆ ਕਿ ਉਹਦੇ ਕੋਲ ਹੁਣ ਲੋਕ ਜਾ ਰਹੇ ਨੇ ਆਪਣੀ ਪ੍ਰੋਬਲਮਸ ਲੈ ਕੇ, ਅੱਗੋਂ ਉਹ ਗਾਲਾਂ ਕੱਢਦਾ ਨੇ। ਕੱਲ ਵੀ ਇੱਕ ਜੀ ਚ ਉਹ ਮੁੰਡਾ ਕਿਸੇ ਨੂੰ ਗਾਲਾਂ ਕੱਢਦਾ, ਕੋਈ ਹਰਿੰਦਰ ਸਿੰਘ ਗਾਲਾਂ ਜਿਹੜਾ ਕੱਢਦਾ ਨਾ, ਦੇਖੋ ਇੱਕ ਗੱਲ ਸੁਣ, ਮੈਂ ਤੁਹਾਨੂੰ ਗੱਲ ਕਰਦਾ ਮੰਨ ਲਓ ਤੇ ਤੁਸੀਂ ਮੈਨੂੰ ਕੱਢ ਦਿਓ ਗਾਲਾਂ, ਮੰਨ ਲਓ ਹਨਾ, ਬਿਲਕੁਲ ਬਿਲਕੁਲ। ਇਹ ਗਾਲਾਂ ਕਮਜ਼ੋਰਾਂ ਦਾ ਹਥਿਆਰ ਨੇ, ਇੱਥੋਂ ਤੇ ਕਲੀਅਰ ਹੋ ਗਿਆ ਵੀ ਲੜਾਈ ਇੱਕ ਤਰਫੀ ਹੋ ਗਈ, ਮਖੂ ਜਿੱਤ ਗਿਆ। ਮਖੂ ਨੂੰ ਕਾਲ ਕੀਤੀ ਜੋ ਹਾਰਿਆ ਹੋਇਆ ਆ, ਉਹ ਆਪਣੀ ਪੜਾਸ ਕੱਢਣ ਵਾਸਤੇ ਮਖੂ ਨੂੰ ਫੋਨ ਕੀਤਾ ਹਨਾ, ਉਹਦੇ ਲੜਾਈ ਇੱਕ ਤਰਫਾ ਪਹਿਲਾਂ ਹੀ ਹੋ ਗਈ। ਬਿਲਕੁਲ ਬਿਲਕੁਲ, ਉਹਦਾ ਪਹਿਲਾਂ ਹੀ ਹਾਰ ਚੁੱਕਿਆ ਡੈਫੀਨਿਟਲੀ। ਸੋ ਕਹਿਣ ਤੋਂ ਭਾਵ ਇਹ ਹੈ ਵੀ ਅਗਲੇ ਪਾਸੇ ਵੀ ਕਿਸੇ ਦੀ ਧੀ ਭੈਣ ਹੈ, ਸਾਨੂੰ ਸ਼ਬਦਾਂ ਦੀ ਮਰਿਆਦਾ, ਖਾਸ ਕਰਕੇ ਇੱਕ ਪਾਸੇ ਅਸੀਂ ਕਹਿੰਦੇ ਸੀ ਸਮਾਜ ਸੇਵੀ ਆ, ਹਨਾ, ਬਿਲਕੁਲ। ਸਮਾਜ ਸੇਵੀ ਨੂੰ ਤਾਂ ਜ਼ਿੰਮੇਵਾਰੀ ਆਮ ਲੋਕਾਂ ਤੋਂ ਜ਼ਿਆਦਾ ਰਿਸਪੋਂਸੀਬਿਲਟੀ ਜ਼ਿਆਦਾ ਰੱਖਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਅੱਗੇ ਕੋਈ ਜੈਂਟਸ ਹੋਵੇ ਤੇ ਉਹ ਰਿਪਲਾਈ ਇਹੋ ਜਿਹਾ ਹੋਇਆ ਹੋਵੇ ਤੇ ਫਿਰ ਹਾਂ, ਜੇ ਕੁੜੀ ਨੇ ਕਿਹਾ ਹੁੰਦਾ ਵੀ ਤੇਰੀ ਜ਼ਬਾਨ ਮੈਂ ਖਿੱਚ ਲੂੰਗੀ, ਫਿਰ ਆਪਾਂ ਕਹਿ ਸਕਦੇ ਸਾਂ ਵੀ ਨਹੀਂ ਭਾਈ ਇਹ ਜਿਹੋ ਜਿਹਾ ਅੱਗੋਂ ਖੂਹ ਦੀ ਆਵਾਜ਼ ਆਈ ਹੈ, ਹਨਾ। ਕਿਤੇ ਨਾ ਕਿਤੇ ਦੇਖੋ ਭਾਨੇ ਸਿੱਧੂ ਦੀ ਜਿੱਥੇ ਚੰਗਾ ਕੰਮ ਹੈ ਲੋਕਾਂ ਦੇ ਪੈਸੇ ਕਢਾਉਣੇ, ਇਹ ਚੰਗਾ ਕੰਮ ਹੈ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ, ਠੀਕ ਹੈ। ਹੁਣ ਇਹ ਕਿਸੇ ਦੀ ਧੀ ਭੈਣ ਨੂੰ ਇਹੋ ਜਿਹੀ ਸ਼ਬਦਾਵਲੀ ਵਰਤਣੀ ਹੈ ਮਾੜੀ ਗੱਲ ਹੈ। ਨੰਬਰ 2 ਦੇ ਉੱਪਰ ਆ ਜਾਓ, ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਪੰਗਾ ਪਿਆ ਆ, ਜੇ ਤਰੀਕੇ ਨਾਲ ਚੱਲਦਾ ਤੈਨੂੰ ਗੱਲਾਂ ਨਹੀਂ ਸੀ ਸੁਣਨੀਆਂ ਪੈਣੀਆਂ, ਜਿਹੜੀਆਂ ਗੱਲਾਂ ਹੁਣ ਸੁਣੀਆਂ ਹੁਸ਼ਿਆਰਪੁਰ ਤੋਂ, ਪਤਾ ਨੀ ਗੁਰਦਾਸਪੁਰ ਤੋਂ ਵੀ ਆ ਸੈਂਟਰ ਚਲਾ ਰਿਹਾ ਕਾਂਗਰਸ ਦਾ, ਹਨਾ। ਝੋਲੀ ਦੇ ਵਿੱਚ ਆਪਣੇ ਪੈ ਗਿਆ, ਉਦੋਂ ਹੀ ਸ਼ਬਦਾਂ ਦੀ ਮਰਿਆਦਾ ਤੇ ਆਪਣੀ ਬੋਲੀ ਦਾ, ਤੇ ਅੱਜ ਆਪਾਂ ਨੂੰ ਇਹ ਸੁਣਨਾ ਨੀ ਸੀ ਪੈਣਾ। ਹੁਣ ਜਿੰਨਾ ਲੈਵਲ ਗ੍ਰਾਫ ਉੱਤੇ ਗਿਆ ਸੀ, ਹੁਣ ਜਿੰਨੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਹਿੰਦਾ ਤੂੰ ਬਦਮਾਸ਼ ਹੋ, ਹਨਾ, ਤੇ ਗੱਲ ਅੱਗੋਂ ਦਲੀਲ ਨਾਲ ਗੱਲ ਆਈ ਨੀ, ਵੈਰੀ ਸੈਂਸਿਟਿਵ ਪਰਸਨ, ਬਹੁਤ ਜ਼ਿਆਦਾ ਫੈਮਿਲੀ ਨੂੰ ਲੈ ਕੇ ਕਲੋਜ਼, ਇਹ ਤੇਰੀ ਆਪਣੀ, ਤੁਹਾਨੂੰ ਤੁਹਾਨੂੰ ਇਹ ਨੀ ਲੱਗਦਾ ਕਿ ਯਾਰ ਮੈਂ ਹੀ ਇਕੱਲਾ ਫਸਿਆ ਆ, ਤੁਹਾਨੂੰ ਲੱਗਦਾ ਯਾਰ ਸਾਰੇ ਫਸੇ ਹੋਏ ਨੇ, ਹਨਾ, ਤੁਸੀਂ ਸਾਰਿਆਂ ਦੀ ਪ੍ਰੋਬਲਮਸ ਨੂੰ ਦੇਖ ਕੇ ਕਹਿੰਦੇ ਹੋ ਕਿ ਯਾਰ ਤੂੰ ਗਲਤ ਗੱਲ ਕੀਤੀ ਆ। ਹੁਣ ਉਹ ਬੰਦੇ ਨੇ ਜਦੋਂ ਤੁਸੀਂ ਕਿਹਾ ਨਾ ਕਿ ਉਹਨੂੰ ਹੁਣ ਉਹਨੂੰ ਹਰਿੰਦਰ ਨੇ ਚੰਗੀਆਂ ਸੁਣਾਈਆਂ ਵੀ ਆ ਜਾ ਬਈ, ਕਿਉਂ? ਬਿਕੋਜ਼ ਉਹ ਰੀਪ੍ਰੈਜੈਂਟ ਕਰਦਾ ਆ ਕੈਨੇਡਾ ਨੂੰ, ਰੀਪ੍ਰੈਜੈਂਟ ਕਰਦਾ ਆਸਟ੍ਰੇਲੀਆ ਨੂੰ, ਆਮ ਯੂਕੇ ਨੂੰ ਰੀਪ੍ਰੈਜੈਂਟ ਕਰਦਾ ਆ। ਇਹ ਜਦੋਂ ਬਾਹਰ ਗਿਆ ਨਾ, ਤੁਹਾਨੂੰ ਮੈਂ ਦੱਸਦਾ ਇਹਨੇ ਉੱਥੇ ਜਾ ਕੇ ਕੀ ਗੱਲ ਕਹੀ ਨਾ, ਉੱਥੇ ਲੋਕ ਮੁੰਡਿਆਂ ਨੇ ਇਹਨੂੰ ਘੁਮਾਇਆ ਫਰਾਇਆ ਭਾਨੇ ਨੂੰ, ਹਨਾ, ਜਦੋਂ ਘੁਮਾਇਆ ਫਰਾਇਆ ਭਾਨਾ, ਜਦੋਂ ਉੱਥੇ ਗੱਲ ਕਰ ਰਹੀ ਭਾਨਾ ਕਹਿੰਦਾ ਵੀ ਐਂ ਕਰੋ ਯਾਰ ਇੱਥੇ ਨਾ ਤੁਸੀਂ ਰਹੋ। ਇਹਨੇ ਉਸ ਟਾਈਮ ਵੀ ਬੱਚਿਆਂ ਨੂੰ ਇੱਥੋਂ ਬਾਹਰ ਜਾਣ ਦੇ ਲਈ ਪ੍ਰੋਬਲਮਸ ਦੇ ਵਿੱਚ, ਸਿਰਫ ਮਾਇੰਡ ਦੇ ਵਿੱਚ, ਤੁਹਾਡਾ ਮਾਇੰਡ ਗੇਮ ਹੁੰਦਾ, ਤੁਹਾਡੇ ਆਪਣੇ ਦਿਮਾਗ ਦੇ ਨਾਲ ਖੇਲਣਾ ਹੁੰਦਾ ਕਿਸੇ ਦੇ, ਹਨਾ, ਇਹ ਉਸ ਤਰੀਕੇ ਨਾਲ ਖੇਡ ਕੇ ਗਿਆ ਸੀ ਦਿਮਾਗ ਦੇ ਨਾਲ, ਪਰ ਉਹ ਚੱਲੀਆਂ ਨੀ, ਕਿਉਂ? ਕਿਉਂਕਿ ਮਖੂ ਬੈਠਾ ਮੁਰੇ, ਹੋਰ ਮੁੰਡੇ ਕਿੰਨੇ ਬੈਠੇ ਨੇ ਗਰਗ ਵਰਗੇ ਬੈਠੇ ਨੇ, ਬਹੁਤ ਸੋਹਣੀਆਂ, ਜਿਹੜੇ ਆ ਕੇ ਦਲੀਲਾਂ ਦੇ ਕੇ ਬੰਦਿਆਂ ਨੂੰ, ਲੋਕਾਂ ਨੂੰ ਸਮਝਾਉਂਦੇ ਨੇ, ਇਹੋ ਜਿਹੇ ਦੁਨੀਆਂ ਦੇ ਬੈਠੇ ਲੋਕ ਬੈਠੇ ਨੇ ਨਾ, ਇਹ ਫੇਲ ਨੇ ਜੀ, ਮਖੂ ਸਾਹਿਬ ਇਹ ਫੇਲ ਨੇ, ਮੈਂ ਤੁਹਾਨੂੰ ਸਿੱਧਾ ਕਹਿ ਰਿਹਾ ਕਿ ਮੈਨੂੰ ਜੋ ਲੱਗਿਆ ਨਾ, ਮੈਂ ਪਤਾ ਕੀ ਮੈਨੂੰ ਲੱਗਦਾ ਪਿਆ ਵੀ ਦੇਖੋ ਕੁਛ ਕੰਮ ਇਹਨਾਂ ਦੋਹਾਂ ਦੇ ਸਹੀ ਨੇ, ਕੁਛ ਕੰਮ ਦੋਹਾਂ ਦੇ ਰੋਂਗ ਨੇ, ਹਨਾ, ਜਿਹੜੇ ਰੋਂਗ ਨੇ ਤੁਸੀਂ ਫੜ ਲੈ। ਜਿਵੇਂ ਹੁਣ ਇੱਕ ਚੀਜ਼ ਲਾਓ,
ਭਾਨਾ ਸਿੱਧੂ ਲੋਕਾਂ ਦੇ ਪੈਸੇ ਕਢਵਾ ਰਿਹਾ, ਇੱਥੇ ਮੈਂ ਭਾਨੇ ਦੇ ਨਾਲ ਆ, ਹੈ ਨਾ, ਨਾਲ ਭਾਨਾ ਸਿੱਧੂ ਮਾੜਾ ਬੋਲਦਾ ਮੈਂ ਉਹਦਾ ਵਿਰੋਧੀ ਆ, ਠੀਕ, ਵਿਰੋਧੀ ਆ, ਇਹ ਤੇ ਸਹੀ ਤਰੀਕੇ ਦੇ ਨਾਲ ਇਹ ਸਵਾਲ ਕਰੇ ਰਣਜੋਧ, ਬਿਲਕੁਲ, ਤੇ ਮੈਂ ਰਣਜੋਧ ਦੇ ਹੱਕ ਦੇ ਵਿੱਚ ਆ, ਜੇ ਰਣਜੋਧ ਸਵਾਲ ਕਰ ਹੀ ਇਸ ਕਰਕੇ ਰਿਹਾ ਵੀ ਮੈਂ ਇਸ ਬੰਦੇ ਨੂੰ ਟਾਰਗੇਟ ਕਰਾਂਗਾ ਤੇ ਮੇਰਾ ਨਾਮ ਚੜ ਗਿਆ, ਫਿਰ ਉੱਥੇ ਗਲਤ ਹੈ, ਆਪਣੇ ਦੋ ਬੰਦੇ ਭੇਜਦੀ ਹੈ, ਇੱਕ ਮਿੰਟ ਜੀ, ਇੱਕ ਮਿੰਟ ਗੱਲ ਸੁਣੋ, ਪੁਲਿਸ ਦੇ ਖਿਲਾਫ਼ ਨਾਰੇ ਮਰਵਾ ਦਿੰਦੀ ਹੈ, ਨਾਰੇ ਮਰਵਾਉਣ ਤੋਂ ਬਾਅਦ ਉੱਥੇ ਲੜਾਈ ਹੋ ਜਾਂਦੀ ਹੈ, ਲੜਾਈ ਹੋਣ ਤੋਂ ਬਾਅਦ ਜਿਸ ਮੰਗ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੰਗਾਂ ਵਿੱਚ ਰਹਿ ਜਾਂਦੀਆਂ, ਫਿਰ ਮੰਗਾਂ ਪਤਾ ਕੀ ਆ ਜਾਂਦੀਆਂ ਨੇ, ਜਿਹੜੇ ਸਾਡੇ ਬੰਦੇ ਦੀ ਲੱਤ ਟੁੱਟੀ ਹੈ ਜੀ ਉਹਨੂੰ ਮੁਆਵਜ਼ਾ ਦਿੱਤਾ ਜਾਵੇ, ਜਿਹਨਾਂ ਦੇ ਪਰਚੇ ਪਏ ਨੇ ਉਹ ਪਰਚੇ ਰੱਦ ਕੀਤੇ ਜਾਣ, ਹਨਾ, ਬਿਲਕੁਲ ਬਿਲਕੁਲ, ਉਹ ਸਰਕਾਰ ਜੋ ਚਾਹੁੰਦੀ ਉਹ ਹੋ ਜਾਂਦਾ, ਮੈਂ ਚਾਹੁੰਦਾ ਵੀ ਇੱਥੇ ਵੀ ਉਹ ਕੁਛ ਹੋ ਰਿਹਾ ਆ, ਇਹਦੇ ਨਾ ਮਖੂ ਸਾਹਿਬ ਇਹਦਾ ਪਤਾ, ਤੁਸੀਂ ਨਾ ਇੱਕ ਪਲੀਜ਼, ਇਹ ਮੇਰੀ ਰਿਕੁਐਸਟ ਆ, ਤੁਸੀਂ ਜਿੰਨੇ ਜਰਨਲਿਸਟ ਹੋ, ਜਿਹੜੇ ਜਿਹੜੇ ਜਰਨਲਿਸਟ ਪੰਜਾਬ ਦੇ ਲਈ ਬੋਲਦੇ ਨੇ, ਮੋਸਟਲੀ ਬੋਲਦੇ ਤਾਂ ਹੁਣ ਸਾਰੇ ਹੀ ਨੇ ਪੰਜਾਬ ਲਈ, ਇਹ ਕੋਈ ਸ਼ੱਕ ਨੀ, ਪਰ ਇੱਕ ਇੱਕ ਇਹਨਾਂ ਦੀ ਕੋਡ ਲਾਈਨ ਹੁੰਦੀ ਹੈ ਕਿ ਜਿੱਥੇ ਜਾ ਕੇ ਇਹਨਾਂ ਨੇ ਖੜਨਾ ਹੁੰਦਾ ਕਿ ਵੀ ਨਹੀਂ ਯਾਰ ਵੀ ਅਸੀਂ ਦੂਸਰੀ ਸਾਈਡ ਤੇ ਵੀ ਗਲਤ ਨੀ ਹੋਣ ਦੇਣਾ ਚਾਹੁੰਦੇ, ਹਨਾ, ਇਹ ਉਹ ਹੁਣ ਇਸ ਟਾਈਮ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਤੇ ਤੁਹਾਡੀ ਰਿਪੋਰਟਿੰਗ ਜਿਹੜੀ ਆ ਉੱਪਰ ਜਾਂਦੀ ਹੈ ਨਾ, ਜਦੋਂ ਉੱਪਰ ਜਾਣ ਦੇ ਬਾਅਦ ਫਿਰ ਇਹ ਪੂਰਾ ਉੱਪਰੋਂ ਲੈ ਕੇ ਥੱਲੇ ਤੱਕ ਰਿਕਵਰ ਹੁੰਦਾ ਆ, ਕਿਉਂਕਿ ਨਹੀਂ ਨਹੀਂ ਹੁਣ ਆਪਾਂ ਨਿਚੋੜ ਤੇ ਆਈਏ, ਇਹਨਾਂ ਦੋਹਾਂ ਦਾ ਹੁਣ ਹੱਲ ਕੀ ਹੈ, ਜੇ ਹੁਣ ਆਪਾਂ ਵੀ ਗੱਲ ਕਰਕੇ ਗੱਲ ਖਤਮ ਕਰਤੀ, ਲੋਕਾਂ ਨੇ ਕਹਿਣਾ ਇਹਨਾਂ ਨੇ ਵੀ ਵੇਖ ਲਓ ਵਿੱਚ ਬੰਦ ਕਰਤਾ, ਸਵਾਦ ਲੈ ਲਿਆ, ਹੁਣ ਆਪਾਂ ਸਵਾਦ ਲੈਣ ਵਾਲੇ ਪਾਸੇ ਨਾ ਤੁਰੀਏ, ਮੈਂ ਚਾਹੁੰਦਾ ਵੀ ਇਹਨਾਂ ਦੋਹਾਂ ਦਾ ਹੱਲ ਕੀ ਹੋਵੇ, ਮੈਂ ਹੱਲ ਤੁਹਾਨੂੰ ਦੱਸਦਾ, ਮੈਂ ਤੁਹਾਡੇ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਨਾ, ਸਾਰੇ ਸਰੋਤਿਆਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਜਦੋਂ ਕਮੈਂਟ ਕਰਦੇ ਹੋ ਕਿਸੇ ਦੇ ਲਈ ਵੀ, ਅਗਰ ਤੁਹਾਨੂੰ ਲੱਗਦਾ ਕੋਈ ਸ਼ਬਦਾਵਲੀ ਭੈੜੀ ਵਰਤ ਰਿਹਾ, ਸਾਡੀ ਕੁੜੀ ਨੀ, ਸਾਰਿਆਂ ਦੀ ਕੁੜੀਆਂ ਨੇ, ਜੇ ਕਿਸੇ ਦੀ ਕੁੜੀ ਆ ਸਾਡੀ ਵੀ ਕੁੜੀ ਆ ਵਿਚਾਰੀ, ਹੈ ਨਾ, ਜੇ ਭੈੜੀ ਸ਼ਬਦਾਵਲੀ ਵਰਤ ਰਿਹਾ ਹੈ ਨਾ, ਤਾਂ ਇਹਨੂੰ ਉਸੇ ਟਾਈਮ ਜਿਵੇਂ ਤੁਸੀਂ ਮੈਸੇਜ ਕਰਦੇ ਹੋ ਜਾਂ ਇਹਦੀ ਪੋਸਟ ਦੇ ਉੱਤੇ, ਓਬਵੀਅਸਲੀ ਮੋਸਟਲੀ ਗੱਲ ਤਾਂ ਫੋਲੋਅਰਸ ਦੀ ਹੁੰਦੀ ਹੈ, ਜਦੋਂ ਸੇਠੀ ਨੂੰ, ਸੇਠੀ ਨੇ ਕਿਹਾ ਨਾ ਕੇਕ ਕੱਟਿਆ, ਕਹਿੰਦਾ 2.5 ਲੱਖ ਫੋਲੋਅਰ ਬਣ ਗਏ, ਤੇ ਉਹਨੇ ਕਲੰਨ ਨੇ ਕੰਮ ਕਰਤਾ, ਦੂਜਾ ਇੱਕ ਤਾਂ ਮੁੰਡੇ ਦੀ ਡੈਥ ਹੋ ਗਈ ਸੀਗੀ ਤੇ ਇੱਕ ਕੋਈ ਹੋਰ ਉਹਦੇ ਤੋਂ ਗਲਤ ਗੱਲ ਹੋ ਗਈ ਸੀ, ਦੋ ਚੀਜ਼ਾਂ ਹਨਾ, ਉਹਦੇ ਕਰਕੇ ਉਹਦਾ 2.5 ਲੱਖ ਫੋਲੋਅਰ ਉੱਡ ਗਿਆ ਸੀ, ਫਿਰ ਇਹਨਾਂ ਨੂੰ ਯੂਟਿਊਬਰਾਂ ਨੂੰ ਇਹ ਪਤਾ ਲੱਗਦਾ ਵੀ ਸਾਡੇ ਪਿੱਛੇ ਜਿਹੜੇ ਲੋਕ ਸਾਨੂੰ ਫੋਲੋ ਕਰਦੇ ਨੇ ਨਾ, ਉਹ ਵੀ ਇਹਨਾਂ ਦੇ ਚੰਗੀ ਤਰ੍ਹਾਂ ਧਰ ਧਰ ਮਾਰਦੇ ਹੁੰਦੇ ਨੇ। ਮੈਂ ਇਹ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਕਹਿ ਰਿਹਾ ਕਿ ਤੁਹਾਡੇ ਤੇ ਆ ਇਹ ਸਾਰੀ, ਇਹ ਹੁਣ ਮੈਂ ਤੇ ਮਖੂ ਸਾਹਿਬ ਨਹੀਂ, ਤੁਸੀਂ ਇਹ ਨਾ ਭਾਜੀ, ਇਹਦਾ ਨਿਚੋੜ ਮੈਂ ਦੱਸਾਂ, ਨਿਚੋੜ ਕੀ ਹੈ, ਇਹਦਾ ਨਿਚੋੜ ਸੁਣ ਲਓ, ਦੁਕਾਨਦਾਰੀ ਬਾਈ ਜੀ ਗਾਹਕ ਸਿਖਾਉਂਦਾ ਹੁੰਦਾ ਆ, ਜਦੋਂ ਮੈਂ ਦੁਕਾਨ ਖੋਲਦਾ ਮਾ ਨਾ, ਤੇ ਉਹ ਕਹਿੰਦੇ ਜੀ ਇਹ ਪੁਰਾਣੀ ਚੀਜ਼ ਹੈਗੀ ਹੈ, ਮੈਂ ਕਹਿੰਦਾ ਬਾਈ ਜੀ ਇਹ ਹੈ ਨੀ ਜੀ, ਇੰਜ ਕਰੋ ਕੱਲ ਲੈ ਜਾ, ਜੇ ਮੈਂ ਨੋਟ ਕਰ ਲੈਣਾ ਵਾ, ਮੈਂ ਨੋਟ ਕਰ ਲੈਂਦਾ ਵਾ, ਦੂਜਾ ਗਾਹਕ ਆਉਂਦਾ ਕਹਿੰਦਾ ਫਲਾਣੀ ਚੀਜ਼ ਹੈ, ਮੈਂ ਕਹਿੰਦਾ ਬਾਈ ਜੀ ਉਹ ਹੈ ਨੀ ਜੀ, ਚਲੋ ਮੈਂ ਨੋਟ ਕਰਦਾ, ਦੁਬਾਰਾ ਰੱਖਦਾ ਵਾ, ਮੇਰੀ ਦੁਕਾਨਦਾਰੀ ਗਾਹਕ ਸਿਖਾਉਂਦਾ ਆ, ਹੈਨਾ, ਇਸੇ ਪ੍ਰਕਾਰ ਇੱਕ ਜਿਹੜਾ ਸਮਾਜ ਸੇਵੀ ਤੇ ਬੁਲਾਰਾ ਹੁੰਦਾ, ਜਿਹੜੀ ਇਹਦੀ ਆਡੀਅੰਸ ਹੈ ਨਾ, ਉਹ ਇੰਨੀ ਕੁ ਸਿਆਣੀ ਤੇ ਸੂਝਮਨ ਚਾਹੀਦੀ ਹੈ ਵੀ ਜਿੱਥੇ ਉਹਨਾਂ ਨੂੰ ਲੱਗੇ ਵੀ ਸਾਡਾ ਜਿਹੜਾ ਇਹ ਹੈ ਜਿਹਨੂੰ ਅਸੀਂ ਫੋਲੋ ਕਰਦੇ ਹਾਂ ਇਹ ਥੋੜਾ ਜਿਹਾ ਰੋਂਗ ਚੱਲਦਾ, ਤੇ ਉਹਨਾਂ ਦਾ ਵੀ ਫਰਜ਼ ਬਣਦਾ ਹੁੰਦਾ ਵੀ ਇਹਨੂੰ ਐਨ ਪਟੜੀ ਤੇ ਲੈ ਕੇ ਆਉਣਾ, ਤਾੜੋ ਤਾੜੋ। ਹਾਂ, ਜੇ ਭਾਨੇ ਸਿੱਧੂ ਨੇ ਪੈਸੇ ਕਢਵਾ ਰਿਹਾ ਤੇ ਉਹ ਲੋਕ ਉਹਨੂੰ ਕਹਿਣ ਵੀ ਚੰਗਾ, ਮੈਂ ਵੀ ਕਹਿੰਦਾ ਵਾ, ਜੇ ਭਾਨਾ ਸਿੱਧੂ ਕਿਸੇ ਦੀ ਧੀ ਭੈਣ ਨੂੰ ਇਸ ਤਰੀਕੇ ਨਾਲ ਗੱਲ ਕਰਦਾ ਪਿਆ, ਤੁਸੀਂ ਦੇਖੋ ਵੀ ਮੈਨੂੰ ਹੈਰਾਨਗੀ ਜਿਸ ਤਰੀਕੇ ਨਾਲ ਗੱਲ, ਓਏ ਇਹ ਕਿਹੜੀਆਂ ਬੋਲੀਆਂ ਨੇ, ਇਹ ਪਤਾ ਕੀ ਗੱਲ ਆ, ਕਿਉਂਕਿ ਇਹ ਥੋੜੇ ਦਿਨ ਚੱਲਣ ਵਾਲੀਆਂ ਹੁੰਦੀਆਂ ਨੇ, ਇਹ ਜਿਹੜੇ ਆਡੀਅੰਸ ਭਾਜੀ ਤਿੰਨ ਤਰ੍ਹਾਂ ਦੀ ਹੁੰਦੀ ਹੈ, ਗੱਲ ਫਿਰ ਸਮਝਿਆ ਜੇ, ਇੱਕ ਨੇ ਜਿਹੜੇ ਕਹਿੰਦੇ ਹਰਪ੍ਰੀਤ ਸਿੰਘ ਮਖੂ ਦੇ ਪੱਕੇ ਸਮਰਥਕ ਆ, ਇੱਕ ਉਹ ਨੇ ਜਿਹੜੇ ਕਹਿੰਦੇ ਹਰਪ੍ਰੀਤ ਸਿੰਘ ਮਖੂ ਦੇ ਪੱਕੇ ਵਿਰੋਧੀ ਆ, ਚੰਗੀ ਵੀ ਗੱਲ ਕਰੂਗਾ ਅਸੀਂ ਸਮਰਥਨ ਨਹੀਂ ਕਰਦੇ,
ਇੱਕ ਹੁੰਦੇ ਵਿਚਕਾਰਲੇ ਪਾਸੇ, ਉਹ ਜੇ ਤੇ ਮੇਰਾ ਲੌਜਿਕ ਉਹਨਾਂ ਨੂੰ ਚੰਗਾ ਲੱਗੇਗਾ, ਉਹਨਾਂ ਨੇ ਕਹਿਣਾ ਨਹੀਂ ਮਖੂ ਲੌਜਿਕਲੀ ਗੱਲ ਕਰਦਾ, ਅਸੀਂ ਮਖੂ ਦੇ ਨਾਲ ਆ। ਜੇ ਉਹਨਾਂ ਨੂੰ ਮਖੂ ਦੇ ਲੌਜਿਕ ਤੋਂ ਨਫ਼ਰਤ ਹੋ ਗਈ, ਕਿਸੇ ਅਦਰ ਦਾ ਲੌਜਿਕ ਪ੍ਰਭਾਵਿਤ ਕਰ ਗਿਆ, ਉਹਨਾਂ ਨੇ ਉਧਰ ਹੋ ਜਾਣਾ। ਬਿਲਕੁਲ, ਜਿਹਨੂੰ ਆਪਾਂ ਕਈ ਵਾਰੀ ਰਾਜਨੀਤਿਕ ਤੌਰ ਤੇ ਕਹਿ ਦਿੰਦੇ ਹਾਂ, ਸਮਾਜਿਕ ਤੌਰ ਤੇ ਕਹਿ ਦਿੰਦੇ ਹਵਾ ਦੀ ਵੋਟ, ਹਵਾ ਦੀ ਵੋਟ, ਉਹ ਦੇਖ ਲੈਂਦੇ ਵੀ ਜੇਤੂ ਕੈਂਡੀਡੇਟ ਕਿੱਧਰ ਆ, ਉਧਰ ਹੋ ਜਾਂਦੀ ਹੈ। ਕੈਂਡੀਡੇਟ ਤੇ ਬੰਦਾ ਬਹੁਤ ਵਧੀਆ ਸੀ, ਵੋਟ ਨੀ ਪਾਈ, ਕਹਿੰਦਾ ਯਾਰ ਬੰਦਾ ਵਧੀਆ ਸੀ, ਜਿੱਤਣਾ ਤੇ ਹੈ ਨੀ ਸੀ, ਵੋਟ ਖਰਾਬ ਕਰਨੀ ਸੀ, ਇਸ ਕਰਕੇ ਨੀ ਪਾਈ, ਹੈ ਨਾ, ਕਰ ਦਿੰਦੇ ਨਾ ਕਈ ਵਾਰੀ। ਬਿਲਕੁਲ ਬਿਲਕੁਲ, ਸੋ ਸਾਡੀ ਜਿਹੜੀ ਆਡੀਅੰਸ ਹੈ ਨਾ, ਉਹ ਏਡੀ ਕੁ ਸੋਚੀ ਬਣ ਚਾਹੀਦੀ ਹੈ, ਰੱਬ ਹੈ ਜਿੱਥੇ ਸਹੀ ਹੈ ਉਹਨੂੰ ਸਹੀ ਕਹੇ, ਜਿੱਥੇ ਗਲਤ ਹੈ ਨਾਲ ਹੀ ਕਹਿ ਦੇ ਵੀ ਭਾਈ ਤੇਰੇ ਸਮਰਥਕ ਸਾਂ ਪਰ ਭੇਡਾਂ ਨੀ ਗਿਆ ਤੇਰੀਆਂ। ਬਿਲਕੁਲ ਉੱਥੇ ਗੱਲ ਬਣ, ਬਿਲਕੁਲ ਜੀ। ਹੋਰ ਭਾਈ ਜੀ ਠੀਕ ਹੋ? ਹਾਂ ਬਹੁਤ ਵਧੀਆ ਜੀ, ਤੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ। ਐਕਚੁਲੀ ਮੈਂ ਹੈਗਾ, ਮੈਂ ਗਾਉਣਾ ਵੀ ਆ ਤੇ ਕਿਸਾਨੀ ਦੇ ਗਾਣੇ ਕੀਤੇ ਨੇ ਮੇਰੇ, ਹੈ ਨਾ। ਵਾਹ ਜੀ ਵਾਹ। ਇਹ ਮੈਂ ਨਾ ਜਦੋਂ, ਮੈਂ ਤੁਹਾਨੂੰ ਉਦੋਂ ਦੀ ਗੱਲ ਦੱਸਦਾ, ਜਦੋਂ ਗੋਲਡੀ ਦਾ ਮੈਟਰ ਹੋ ਗਿਆ, ਤੁਸੀਂ ਸ਼ਾਇਦ ਗੋਲਡੀ ਵੀਰੇ ਨੂੰ ਜਾਣਦੇ ਹੋਵੋਗੇ, ਜਿਹੜਾ ਸਮਾਜ ਸੇਵੀ ਗੋਲਡੀ ਪੁਲਿਸ ਵਾਲਾ। ਹਾਂਜੀ ਹਾਂਜੀ, ਗੋਲਡੀ ਪੀਪੀ ਗੋਲਡੀ, ਬਘੇਲੇ ਦੀ ਸਿਸਟਰ ਹੈ ਜਿਹੜੀ, ਰਾਜਵਿੰਦਰ ਕੌਰ, ਉਹਨਾਂ ਨਾਲ ਮੈਂ ਪੱਤਰਕਾਰੀ ਕਰਦਾ ਹੁੰਦਾ ਸੀਗਾ। ਅੱਛਾ ਅੱਛਾ। ਤੇ ਉਹਨਾਂ ਦਾ ਜਦੋਂ ਮੈਟਰ ਹੋ ਗਿਆ ਸੀ ਨਾ, ਮੈਂ ਉਸ ਟਾਈਮ ਚ ਭਾਨੇ ਸਿੱਧੂ ਉਹਨਾਂ ਨੂੰ ਗਾਣੇ ਭੇਜੇ ਸੀ, ਭਾਨੇ ਨੂੰ ਆਪਣੇ ਜਿਹੜਾ ਆਪਣਾ ਬੈਂਸ ਆ ਐਮ ਐਲ ਏ ਆਪਣੇ ਲੁਧਿਆਣੇ ਵਾਲਾ, ਤੇ ਮਨਿੰਦਰ ਨੂੰ ਭੇਜੇ ਸੀਗੇ, ਬਠਿੰਡੇ ਵਾਲਾ ਬਾਈ ਆ, ਬਠਿੰਡੇ ਵਾਲਾ ਉਹਨੂੰ ਵੀ ਭੇਜੇ ਸੀਗੇ। ਮਤਲਬ ਮੈਂ 5-7 ਇਹ ਜਿਹੜੇ ਦੋ ਹੁੰਦੇ ਨੇ ਭੇਜਿਆ, ਪੇਜ ਚਲਾਏ ਸੀ ਇਹਨਾਂ ਨੂੰ, ਮੈਂ ਗਾਣਾ ਸ਼ੂਟਿੰਗ ਕਰਕੇ ਭੇਜਿਆ ਸੀ ਬਈ ਯਾਰ ਤੁਸੀਂ ਪਾਓ ਗਾਣੇ ਨੂੰ। ਤੁਸੀਂ ਸੋਚੋਗੇ ਕਿਸੇ ਬੰਦੇ ਨੇ ਗਾਣਾ ਨੀ ਪਾਇਆ? ਨਹੀਂ, ਇਹਦੇ ਵਿੱਚ ਵੀ ਸੋਰੀ ਮੈਂ ਤੁਹਾਡੀ ਖਲ ਰੋਕ ਦਾ ਮਾਪਾ ਜੀ, ਹੈ ਨਾ, ਦੇਖ ਲਓ ਇੱਕ ਨਾ ਪੇਜ ਦੀਆਂ ਕੁਛ ਕੰਡੀਸ਼ਨਸ ਵੀ ਹੁੰਦੀਆਂ ਨੇ ਸਾਡੀਆਂ, ਹੈ ਨਾ, ਜਿਹੜੀਆਂ ਸਰਕਾਰੀ ਤੌਰ ਦੇ ਉੱਪਰ, ਜੇ ਤੁਸੀਂ ਨਹੀਂ ਫੋਲੋ ਕਰਦੇ ਤੁਹਾਡਾ ਪੇਜ ਉੱਡ ਜਾਂਦਾ, ਠੀਕ ਹੈ। ਬਿਲਕੁਲ, ਤੁਹਾਨੂੰ ਹਰ ਚੀਜ਼ ਦੀ ਮਰਿਆਦਾ ਰੱਖਣੀ ਪੈਂਦੀ ਹੈ, ਜਿਵੇਂ ਹੁਣ ਕੁਝ ਐਸੇ ਵਰਡ ਨੇ, ਕਤਲ ਸ਼ਬਦ ਤੁਸੀਂ ਸਿੱਧਾ ਨਹੀਂ ਉੱਥੇ ਪਾ ਸਕਦੇ, ਹੈ ਨਾ। ਬਿਲਕੁਲ ਬਿਲਕੁਲ, ਕੁਛ ਐਸੇ ਵਰਡ ਨੇ ਜਿਹਦਾ ਬੜਾ ਖਿਆਲ ਰੱਖਣਾ ਪੈਂਦਾ ਆ। ਸੋ ਮੁੱਖ ਦੀ ਗੱਲ ਇਹ ਆ ਵੀ ਅਗਲੇ ਦਾ ਪੇਜ ਹੈ, ਅਗਲੇ ਦੀ ਆਡੀਅੰਸ ਕਿਹੋ ਜਿਹੀ ਜੁੜੀ ਹੋਈ ਹੈ, ਤੁਹਾਡੇ ਸੌਂਗ ਦੇ ਵਿੱਚ ਐਸਾ ਕੀ ਹੈ, ਸੋ ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਪਾਈਆਂ ਜਾਂਦੀਆਂ ਹੁੰਦੀਆਂ ਨੇ। ਪਰ ਇਹ ਨਹੀਂ ਵੀ ਤੁਸੀਂ ਮੈਨੂੰ ਸੌਂਗ ਭੇਜਿਆ ਮੈਂ ਪੇਜ ਤੇ ਨਹੀਂ ਪਾਇਆ, ਤੁਸੀਂ ਮੇਰੇ ਵਿਰੋਧੀ ਹੋ ਗਏ, ਸੌਰੀ ਐਸਾ ਨਹੀਂ ਹੋਣਾ ਚਾਹੀਦਾ। ਮੈਂ ਗੱਲ ਦੱਸਦਾ, ਮੈਂ ਉਸ ਤੋਂ ਬਾਅਦ ਫਿਰ ਕੁੜੀ ਸੀਗੀ ਹਿਮਾਚਲ ਨਿਊਜ਼ ਵਾਲੀ ਜਲੰਧਰ ਤੋਂ, ਉਹਨੂੰ ਮੈਂ ਇਹਨਾਂ ਦੀਆਂ ਸਾਰੀਆਂ ਦੀਆਂ ਰਿਕਾਰਡਿੰਗਾਂ ਹੋ ਗਈਆਂ ਮੇਰੇ ਕੋਲ, ਹੈ ਨਾ, ਵੀ ਫੋਨ ਸੌਂਗ ਪੇਜ ਅਸੀਂ ਪਾਉਂਦੇ ਹਾਂ, ਰਿਕਾਰਡਿੰਗਾਂ ਹੋ ਗਈਆਂ ਮੇਰੇ ਕੋਲ, ਮੈਂ ਰਿਕਾਰਡਿੰਗਾਂ ਧਰਤੀਆਂ ਪੱਤਰਕਾਰ ਕੋਲ, ਮੈਂ ਕਿਹਾ ਦੇਖ ਲਾ, ਮੈਂ ਕਿਹਾ ਜਿਹੜਾ ਉਹ ਜਿਹੜਾ ਕਹਿੰਦਾ ਗਰਦ ਖਾਲ ਦੂ, ਗਰਦ ਖਾਲ ਦੂ, ਕਿਹੜਾ ਨਾਂ ਉਹਦਾ ਪੁੱਤ, ਕੀ ਨਾਂ ਉਹਦਾ, ਇੱਕ ਕਹਿੰਦੇ ਨਾ ਗਰਦ ਖਾਲ ਦੂ, ਉਹ ਗਰਦ ਖਾਲ ਦੂ ਰੰਧਾਵਾ, ਰੰਧਾਵਾ, ਮੈਂ ਰੰਧਾਵੇ ਨੂੰ ਵੀ ਭੇਜੀ ਸੀਗੀ ਡੱਡੂ ਨੂੰ, ਉਹਨੂੰ ਮੈਂ ਡੱਡੂ ਕਹਿੰਦਾ, ਮੈਂ ਉਹਨੂੰ ਵੀ ਭੇਜੀ ਸੀਗੀ ਸਾਰੇ ਸਵੇਰੇ ਪਾ ਦੂੰ, ਮੈਂ ਰਿਕਾਰਡਿੰਗਾਂ ਕਰਨੀਆਂ, ਮੈਂ ਕ੍ਰਿਤੀ ਗਿੱਲ ਨੂੰ ਰਿਕਾਰਡਿੰਗਾਂ ਸੁਣਾ ਤੀਆਂ, ਕ੍ਰਿਤੀ ਗਿੱਲ ਨੇ ਮੇਰੀ ਉਸੇ ਟਾਈਮ ਇੰਟਰਵਿਊ ਪਾਤੀ, ਸੋਚ ਕੇ ਦੇਖੋ ਇਹ ਬੰਦਿਆਂ ਨੂੰ ਜਵਾਨ ਨਹੀਂ ਆਇਆ, ਇਹਨੂੰ ਨਾ ਤਾਂ ਨਹੀਂ ਦੇਖੋ, ਦੋ ਚੀਜ਼ਾਂ ਨੇ ਬਾਈ ਜੀ, ਜੇ ਮੈਨੂੰ ਲੱਗਦਾ ਆ ਵੀ ਜਿਹੜੀ ਲੜਾਈ ਮੈਂ ਲੜਦਾ ਪਿਆ ਵਾਂ ਉਸੇ ਮੁੱਦੇ ਨੂੰ ਗਾਣੇ ਦੇ ਰਾਹੀਂ ਜਾਂ ਲਿਖਤ ਦੇ ਰਾਹੀਂ ਜਾਂ ਕਵਿਤਾ ਦੇ ਰਾਹੀਂ ਜੇ ਕੋਈ ਲੈ ਰਿਹਾ ਹੈ ਨਾ, ਤੇ ਸਾਨੂੰ ਆਪਣੀ ਆਵਾਜ਼ ਵੱਡੀ ਕਰਨੀ ਚਾਹੀਦੀ, ਉਸ ਬੰਦੇ ਨੂੰ ਆਪਣੇ ਨਾਲ ਜੋੜ ਲੈਣਾ ਚਾਹੀਦਾ, ਹੈ ਨਾ। ਬਿਲਕੁਲ ਬਿਲਕੁਲ, ਹਾਂ ਬਿਲਕੁਲ ਬਾਈ ਜੀ, ਬਹੁਤ ਚੰਗਾ ਲੱਗਾ, ਸਤਿ ਸ਼੍ਰੀ ਅਕਾਲ ਜੀ, ਜਲਦੀ ਗੱਲਬਾਤ ਕਰਾਂਗੇ ਤੇ ਪਰਮਾਤਮਾ ਕਿਰਪਾ ਕਰੇ, ਚੜ੍ਹਦੀ ਕਲਾ ਤੇ ਰਹੋ, ਸਤਿ ਸ਼੍ਰੀ ਅਕਾਲ ਬਾਈ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰੇ।